ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਸ਼ਹਿਰ ਦੇ ਵਿੱਚੋਂ ਵਿੱਚ ਗਰੀ ਦੇਸ਼ਾ ਸਿੰਘ ਵਾਲੀ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਦੀ 5ਵੀਂ ਕਲਾਸ ਵਿੱਚ ਕੁੱਲ 50 ਬੱਚੇ ਪੜ੍ਹਦੇ ਹਨ। ਇਸ ਸਕੂਲ ਵਿੱਚ ਕੋਈ ਕਮਰਾ, ਕੋਈ ਲੈਟਰਿੰਗ ਬਾਥਰੂਮ ਨਹੀਂ ਹੈ। ਜਦਕਿ ਬਰਸਾਤ ਹੁੰਦੀ ਹੈ ਤਾਂ ਇਸ ਸਕੂਲ ਵਿੱਚ ਕੋਈ ਬੱਚਾ ਨਹੀਂ ਆਉਂਦਾ। ਕਿਉਂ? ਉਹ ਬਾਰਿਸ਼ ਕਰਕੇ ਨਾਲੇ ਬੁਰੀ ਹਾਲਤ ਹੋਈ ਥੀ। ਕੋਈ ਕਮਰੇ ਹੈਗੇ? ਹਾਂ ਨਾ। ਕੋਈ ਕਮਰਾ ਨਹੀਂ? ਇੱਕੋ ਕਮਰਾ ਸਿਰਫ, ਛੋਟਾ ਛੋਟਾ ਜਿਹਾ। ਤੁਸੀਂ ਕੀ ਬੇਟਾ ਮੰਗ ਕਰਦੇ ਜੋ? ਕਮਰੇ ਹਾਂਜੀ। ਹੋਰ ਬਾਥਰੂਮ, ਲੈਟਰਿੰਗ ਲੈਟਰਿੰਗ ਕਿ ਪੂਰਾ ਪ੍ਰੋਪਰ ਬਣਨਾ ਚਾਹੀਦਾ ਤੁਹਾਡਾ ਸਕੂਲ? ਹਾਂਜੀ। ਇਹ ਜੱਸੇ ਵਾਲੇ ਮਹੱਲੇ ਦੇ ਵਿੱਚ, ਗੁਰਦੁਆਰੇ ਦੇ ਵਿੱਚ ਟੋਟਲ 50 ਬੱਚੇ ਸਰ। ਇੱਥੇ ਨਾ ਤਾਂ ਕੋਈ ਲੈਟਰਿੰਗ ਬਾਥਰੂਮ ਕੁਛ ਵੀ ਨਹੀਂ ਹੈ, ਨਾ ਹੀ ਕਲਾਸਰੂਮ ਹੈ ਕੋਈ। ਅਤੇ ਮਤਲਬ ਸਿਰਫ ਇਹ ਛੋਟੇ ਜਿਹੇ ਕਮਰੇ ਦੇ ਵਿੱਚ ਮਤਲਬ ਬੈਠਣਾ ਪੈਂਦਾ ਸਾਨੂੰ। ਜਿੱਥੇ ਹੁਣ ਤੁਸੀਂ ਬੈਠੇ ਜੋ? ਹਾਂਜੀ, ਜਿੱਥੇ ਇਸ ਵਕਤ ਬੈਠੇ ਹੋਏ ਤੁਸੀਂ ਦੇਖ ਹੀ ਰਹੇ ਹੋ ਕਿ ਬੈਠਣ ਲਈ ਵੀ ਜਗ੍ਹਾ ਨਹੀਂ ਹੈ। ਜੇ ਕੁਰਸੀਆਂ ਰੱਖ ਲਈਏ ਤਾਂ ਅੱਗੇ ਮੇਜ਼ ਨਹੀਂ ਰੱਖ ਸਕਦੇ ਅਸੀਂ। ਅਤੇ ਬਸ ਇੰਨੀ ਕੁ ਜਗ੍ਹਾ ਦੇ ਵਿੱਚ ਐਡਜਸਟ ਕਰਨਾ ਪੈਂਦਾ ਬਾਰਿਸ਼ ਦੇ ਦਿਨਾਂ। ਸਾਡੇ ਧਿਆਨ ਦੇ ਵਿੱਚ ਸਕੂਲ ਤੁਸੀਂ ਲਿਆਂਦਾ ਹੈ, ਇਸ ਤੋਂ ਪਹਿਲਾਂ ਵੀ ਇਹ ਜਦੋਂ ਮਾਨਯੋਗ ਨਵਜੋਤ ਸਿੰਘ ਸਿੱਧੂ ਜੀ ਮੰਤਰੀ ਸਾਹਿਬ ਦੀ ਮੀਟਿੰਗ ਵਿੱਚ ਡੀਓ ਸਾਹਿਬ ਵੱਲੋਂ ਧਿਆਨ 'ਚ ਦੱਸਿਆ ਗਿਆ, ਲਿਆਂਦਾ ਗਿਆ ਸੀ ਕਿ ਸਾਡੇ ਜ਼ਿਲ੍ਹੇ ਵਿੱਚ ਕੁਝ ਸਕੂਲ ਇਹੋ ਜਿਹੇ ਹੈ ਜਿਨ੍ਹਾਂ ਦੇ ਪਾਸ ਆਪਣੀ ਥਾਂ ਨਹੀਂ ਹੈ ਜਾਂ ਆਪਣੀ ਬਿਲਡਿੰਗ ਨਹੀਂ ਹੈ। ਤਾਂ ਉਹਨਾਂ ਨੇ ਉਸ ਵੇਲੇ ਕਹਿਤਾ ਸੀ ਕਿ ਤੁਰੰਤ ਥਾਵਾਂ ਲੱਭ ਲਈ ਜਾਣ ਔਰ ਉਹਨਾਂ ਥਾਵਾਂ ਉੱਤੇ ਕੰਸਟਰਕਸ਼ਨ ਦੇ ਜਿਹੜੀ ਗਵਰਨਮੈਂਟ ਜਿਹੜੀ ਉਹ ਗ੍ਰਾਂਟ ਦੇਵੇਗੀ ਇਮੀਡੀਏਟਲੀ। ਸੋ ਇਹ ਸਕੂਲ ਜਿਹੜਾ ਹੈ ਇਹ ਜਿਹੜਾ ਚੱਲ ਰਿਹਾ ਤਕਰੀਬਨ 50 ਬੱਚੇ ਨੇ ਔਰ ਇਸ ਸਕੂਲ ਨੂੰ ਪਹਿਲਾਂ ਸ਼ਿਫਟ ਕਰਨ ਦੇ ਲਈ ਪ੍ਰਪੋਜ਼ਲ ਜਿਹੜਾ ਹੈ ਡਿਪਟੀ ਡੀ ਓ ਨੇ ਜਿਹੜਾ ਹੈ ਡੀ ਓ ਐਲੀਮੈਂਟਰੀ ਨੇ ਸਰਕਾਰ ਨੂੰ ਭੇਜਿਆ ਹੈ, ਅਸੀਂ ਉਹ ਪਰਸਿਊ ਕਰਵਾ ਲੈਂਦੇ ਹਾਂ। ਇਹਦਾ ਮੇਨ ਟਾਈਮ ਕਿਉਂਕਿ ਬਾਰਿਸ਼ ਦਾ ਦਿਨ ਸੀ, ਤੁਸੀਂ ਵੀਡੀਓ ਵੀ ਦਿਖਾਈ ਹੈ, ਉਹ 'ਚ ਵੇਖਿਆ ਕਿ ਉੱਤੇ ਤਰਪਾਲਾਂ ਜਿਹੜੀਆਂ ਫਟੀਆਂ ਹੋਈਆਂ ਨੇ। ਮੈਂ ਡੀ ਓ ਸਾਹਿਬ ਨੇ ਵੀ ਕਿਹਾ ਕੋਈ ਇਮੀਡੀਏਟਲੀ ਆਪਾਂ ਹੱਲ ਵੀ ਕਰੀਏ। ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।